ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਆ? ਕਰਦੇ ਹਾਂ ਨਵੇਂ ਵੀਡੀਓ ਦੀ ਸ਼ੁਰੂਆਤ ਤੇ ਮਾਤਾ ਜੀ ਨੂੰ ਆ ਗਿਆ ਫੋਨ ਮੇਰੇ ਵੀਡੀਓ। ਮਾਤਾ ਜੀ ਕਰ ਰਹੇ ਨੇ ਗੱਲਾਂ। ਮਾਤਾ ਨੂੰ ਇਹ ਨਹੀਂ ਪਤਾ ਕੀ ਚੱਕਰ ਹੋਇਆ, ਬਲੂਟੁੱਥ ਨਾਲ ਕਨੈਕਟ ਆਵਾਜ਼ ਆ ਗਈ, ਪੋਪਟ ਹੋ ਗਿਆ ਰੇ ਮੇਰੀ ਵੀਡੀਓ ਪੋਪਟ। ਅੱਜ ਕਿਹੜੇ ਪਰੌਂਠੇ ਬਣਾ ਕੇ ਦਿੱਤੇ ਫਿਰ? ਆਲੂ ਵਾਲੇ ਪਰੌਂਠੇ ਖਾਏਂਗੇ ਹਮ। ਮੇਰੀ ਛੋਟੀ ਨਨਾਣ ਆਈ ਸੀ ਭਾਈ, ਉਹ ਰਾਤ ਮੈਂ ਉਹਨੂੰ ਰੱਖਿਆ, ਉਹਦੀ ਸੇਵਾ ਪਾਣੀ ਕੀਤੀ ਹੈ ਨਾ, ਪਰ ਉਵੇਂ ਨਹੀਂ ਸੇਵਾ ਪਾਣੀ ਕੀਤੀ ਸੀ। ਬਿਮਾਰ ਹੋਈ ਸੀਗੀ ਤਾਂ ਰੋਟੀ ਪਾਣੀ ਦੀ ਸੇਵਾ ਕੀਤੀ ਆ। ਛੱਤਰ ਪਲੇਟ ਵਾਲੀ ਨੀ ਸੇਵਾ ਪਾਣੀ ਕੀਤੀ, ਨਾਲੇ ਅਸੀਂ ਉਹਦੀ ਭੂਆ ਨੂੰ ਘੁਮਾਇਆ ਮੇਲਾ, ਨਾਲੇ ਮੇਲੇ ਚੋਂ ਕਰਾ ਕੇ ਦਿੱਤੀ ਸ਼ੋਪਿੰਗ, ਤੇ ਨਾਲੇ ਸਾਡੀ ਭੂਆ ਖੁਸ਼, ਨਾਲੇ ਅਸੀਂ ਖੁਸ਼, ਨਾਲੇ ਆਪਾਂ ਗਵਿੰਦਿਆਂ ਤੇ ਭੇਜੀ ਆ ਡੋਰ, ਤੇ ਮੈਂ ਤਾਂ ਕਰਕੇ ਆ ਨਹੀਂ ਸਕਿਆ, ਨਹੀਂ ਤਾਂ ਮੈਂ ਅੱਜ ਬਸੰਤ ਮਨਾਉਣੀ ਸੀਗੀ ਫਿਰੋਜ਼ਪੁਰ। ਫਿਰੋਜ਼ਪੁਰ ਦੀ ਬਸੰਤ ਬਹੁਤ ਜ਼ਿਆਦਾ ਘੈਂਟ ਹੁੰਦੀ ਆ, ਪਰ ਡਿਊ ਟੂ ਸਮ ਰੀਜ਼ਨ ਪਿਛਲੀ ਵੀ ਆਪਣੇ ਬਸੰਤ ਦੇ ਉੱਤੇ ਪੂਰੀ ਧੁੰਦ ਸੀਗੀ, ਧੁੱਪ ਨਹੀਂ ਸੀ ਨਿਕਲੀ, ਅਤੇ ਐਤਕੀ ਵੀ ਧੁੰਦ ਦੇ ਵਿੱਚ ਜਿਹੜੀ ਧੁੱਪ ਨਹੀਂ ਨਿਕਲੀ ਆ, ਅਤੇ ਤੁਹਾਨੂੰ ਮੈਂ ਬਾਹਰ ਦਾ ਮਾਹੌਲ ਵਿਖਾ ਦਿੰਦਾ ਮੇਰੇ ਵੀਰਿਓ, ਆ ਜਾਓ। ਤਾਂ ਤੁਸੀਂ ਵੇਖਿਆ ਕਿੰਨੀ ਧੁੰਦ ਹੈਗੀ ਹੈ ਬਾਹਰ, ਅਤੇ ਧੁੱਪ ਨਹੀਂ ਨਿਕਲੀ, ਅਤੇ ਚਲੋ ਕੋਈ ਨਹੀਂ, ਵੇਖਦੇ ਹਾਂ ਥੋੜ੍ਹਾ ਟਾਈਮ ਰੁਕ ਕੇ। ਆਪਾਂ ਸਾਰਾ ਕੁਛ ਲਈ ਬੈਠੇ ਹਾਂ, ਡੋਰਾ ਪਤੰਗਾ ਪਤੰਗਾ ਸਾਰੀਆਂ ਕੁਛ, ਬਸ ਧੁੱਪ ਨਿਕਲਣ ਦੀ ਦੇਰ ਆ, ਅਤੇ ਮੁੜ ਕੇ ਆਪਾਂ ਡਾਹ ਦੇਣੀਆਂ ਮੇਰੇ ਵੀਰਿਓ, ਜਨਤਾ ਕਰਕੇ ਇਕੱਠੀ, ਅਤੇ ਸਾਰਿਆਂ ਨੂੰ ਪਤੰਗ ਫੜਾ ਕੇ, ਅਤੇ ਡਾਹ ਦੇਣੀਆਂ ਆਪਾਂ ਐਤਕੀ ਪਤੰਗ, ਅਤੇ ਚਲੋ ਹੁਣ ਨਾ ਧੁੰਦ ਬਹੁਤ ਆ, ਅਤੇ ਮੈਂ ਤੁਹਾਨੂੰ ਘਰੇ ਜਾ ਕੇ ਮਿਲਦਾ। ਪਰ ਇਹ ਮੇਰਾ ਮੁੰਡਾ ਨਾ ਅੱਕ ਛੇਤੀ ਜਾਂਦਾ ਹੈ, ਇੱਥੋਂ ਨਾ ਪਤੰਗ ਨਹੀਂ ਉੱਡਦੀ ਛੇਤੀ, ਤੋੜਨਾ ਨਹੀਂ ਕਿਤੇ, ਤੋੜਨਾ ਨਹੀਂ ਕਿਤੇ ਤੀਲੀ ਆਪਣੀ ਨਾ ਪਤੰਗ ਨੂੰ, ਪਤਾ ਨਹੀਂ ਕੀ ਚੱਕਰ ਆ। ਤੇ ਚੱਕਰ ਨਹੀਂ, ਉਡਾਉਣ ਦਾ ਵੱਲ ਨਹੀਂ ਆਉਂਦਾ ਤੈਨੂੰ, ਸਵਾਰ ਕੇ ਡਾ, ਪੂੰਜੇ ਪਾਂਜੇ ਬੰਨ ਖਾਏ ਦੇ ਤੇ। ਨਹੀਂ ਬੰਬੀ, ਪੂੰਜੇ ਵਾਲਿਆਂ ਦਾ ਕੋਈ ਚੱਕਰ ਨਹੀਂ, ਅਸੀਂ ਪੁਰਾਣੇ ਜ਼ਮਾਨੇ 'ਚ ਉਡਾਉਂਦੇ ਹੁੰਦੇ ਸੀਗੇ, ਹੈ ਨਾ, ਇੱਕ ਇੱਕ ਮੀਟਰ ਦੇ ਨਾ ਪਿੱਛੋਂ ਰੀਬਨ ਡੰਗ ਦਿੰਦੇ ਹੁੰਦੇ ਸੀਗੇ, ਜਦੋਂ ਇੱਕ ਇੱਕ ਮੀਟਰ ਦੇ ਰੀਬਨ ਟੰਗਦੇ ਸੀ ਨਾ, ਅਤੇ ਆਪੇ ਭੱਜ ਜਾਂਦੇ ਸੀ। ਹੁਣ ਦੱਸੋ ਤੁਸੀਂ, ਕਹਿੰਦੇ ਪਤੰਗ ਨਹੀਂ ਉੱਡਦੀ, ਬੰਦਾ ਅੱਕ ਜਾਂਦਾ। ਅੱਕ ਜਾਂਦਾ ਮੇਰਾ ਪੁੱਤਰ, ਅੱਕ ਜਾਂਦਾ। ਓਹੋ, ਨਿਗਾਹ ਲੱਗ ਗਈ ਮੰਮੀ ਦੀ, ਹੋਰ ਮੰਮੀ ਦੀ ਨਿਗਾਹ ਲੱਗ ਗਈ, ਪਤੰਗ ਸਾਡੇ ਥੱਲੇ ਆ ਗਈ। ਨਹੀਂ ਨਹੀਂ, ਡਾਵਾ ਡਾ ਡਾ ਸ਼ਾਵਾ 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 ਯਾਰ, ਨਾ ਅਸਲ 'ਚ ਨਾ ਸਾਨੂੰ ਬੰਨੀ ਬੰਨਣੀ ਆਉਂਦੇ ਤਲਾਵਾਂ, ਉਹ ਵੇਖੋ। ਚਲੋ 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 ਚਲੋ, ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ, ਅਸਲ 'ਚ ਨਾ ਸਾਨੂੰ ਨਹੀਂ ਬੰਨਣੀ ਆਉਂਦੀਆਂ ਤਲਾਵਾਂ, ਤੇ ਤਲਾਵਾਂ ਦਾ ਕਰਕੇ ਜਿਹੜਾ ਪਤੰਗ ਹੈ ਨਾ, ਉਹ ਕਦੇ ਇੱਕ ਪਾਸੇ ਚੱਲ ਜਾਂਦਾ, ਕਦੇ ਦੂਜੇ ਪਾਸੇ ਚਲਾ ਜਾਂਦਾ, ਹੈਂ। ਤੁਸੀਂ ਦੱਸੋ ਇੱਕ, ਸਾਰੇ ਨਾ ਕਮੈਂਟਾਂ 'ਚ ਗੱਲ ਦੱਸਿਓ, ਮਾਤਾ ਕਹਿੰਦੀ ਪੂੰਜੇ 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 ਪੂੰਜੇ, ਅੱਜ ਕੱਲ੍ਹ ਮਾਡਰਨ ਪਤੰਗਾ ਪਤੰਗਾਂ ਦੇ ਪੂੰਜੇ ਨਹੀਂ ਲੱਗਦੇ। ਚੱਲ ਭਾਈ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਪੂੰਜੇ ਪਾਈਦੇ ਹੁੰਦੇ ਸੀ ਕਿ ਨਹੀਂ ਪਾਈਦੇ, ਤੁਹਾਡੇ ਮੰਮੀ ਪਾਪਾ ਤੋਂ ਤੁਸੀਂ ਵੀ ਗਏ ਗੱਲ ਪੁੱਛੋ ਕਿ ਪਾਪਾ ਜਦੋਂ ਮੰਮੀ ਤੁਸੀਂ ਡਾਉਂਦੇ ਹੁੰਦੇ ਸੀਗੇ ਪਤੰਗਾਂ, ਉਦੋਂ ਤੁਸੀਂ ਪੂੰਜੇ ਪਾਉਂਦੇ ਹੁੰਦੇ ਸੀ ਨਾ। ਉਡੋ ਡਾਰੀ ਡਾਰੀ ਬਾਬਾ ਮੈਂ ਤੇਰੀ ਪਤੰਗ ਹਵਾ ਵਿੱਚ ਉਡਦੀ ਜਾਵਾਂਗੀ, ਡੋਰ ਨਾ ਤੁਸੀਂ ਛੱਡਿਓ ਨਹੀਂ ਤੋ ਕੱਟ ਜਾਊਂਗੀ, ਬਾਬਾ ਜੀ ਕੱਟ ਜਾਊਂਗੀ ਮੈਂ ਤੇਰੀ ਪਤੰਗ, ਬਾਬਾ ਜੀ ਉੱਡਦੀ ਜਾਊਂਗੀ, ਡੋਰ ਨਾ ਤੁਸੀਂ ਛੱਡਿਓ ਨਹੀਂ ਤੋ ਕੱਟ ਜਾਊਂਗੀ। ਯਾਰ ਆਪਣੀ ਪਤੰਗ ਨਹੀਂ ਸਹੀ ਹੁੰਦੀ ਯਾਰ, ਨੂਰਾ ਕੁਛ ਨਹੀਂ ਹੈਗਾ ਯਾਰ, ਇੱਕ ਮਿੰਟ ਫੜੋ ਤਾਂ ਯਾਰ, ਹੈਲੋ ਨਹੀਂ ਹੁੰਦਾ, ਤੇ ਮੰਮੀ ਮੇਰੀ ਵੀਡੀਓ ਬਣਾਉਣ ਲੱਗੀ ਆ,
ਮੈਂ ਡਾਉਣ ਲੱਗੇ ਪਤੰਗ ਉਹ ਵੇਖ ਲਓ ਸਾਡਾ ਬਾਂਦਰ ਚੜ ਗਿਆ ਚੌਥੀ ਮੰਜ਼ਿਲ ਤੇ ਵੇਖ ਲਓ ਹੈ ਚੌਥੀ ਮੰਜ਼ਿਲ ਤੇ ਵੀ ਡਰਦਾ ਵੇਖ ਲਓ ਵੇਲੇ ਤੇ ਇਹਦਾ ਸਮਾਨਾਂ 'ਚ ਗੁੱਡੀ ਡਾਉਣ ਲੱਗਾ ਹੁਣ ਆਪਦੀ ਲੈ 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 ਜਵਾਕ ਹੀ ਬਣਿਆ ਪਿਆ ਅੱਜ ਤਾਂ ਡਾਲਾ ਡਾਲਾ ਭਾਈ ਡਾਲਾ ਮੁੰਡਿਆ ਬਚਾ ਕੇ ਰੱਖੀ ਵੇ ਥੱਲੇ ਨਾ ਡਿੱਗ ਪਈ ਕਿਤੇ ਚੌਥੀ ਮੰਜ਼ਿਲ ਆ ਪਤਾ ਥੋੜਾ ਲੱਗਦਾ ਕਿਤੇ ਕਹਿ ਦੇ ਮੈਂ ਸਿੰਪਲ ਧਰਤੀ ਤੇ ਤੁਰਿਆ ਫਿਰਦਾ ਮੈਂ ਚੌਥੀ ਮੰਜ਼ਿਲ ਚੜਿਆ ਬੈਠਾ ਦੇਖ ਲਾ ਲਓ ਚੌੜ ਝੂੜ ਫੇਰ ਹੀ ਤੂੰ ਵੇਖੀ ਇਹ ਮੈਨੂੰ ਸਾਡਾ ਹੋ ਬਾਂਦਰ ਚੜਿਆ ਫਿਰਦਾ ਆਹ ਵੇਖ ਉਹ ਬਾਂਦਰ ਵੀ ਚੌਥੀ ਮੰਜ਼ਿਲ ਤੇ ਚੜਿਆ ਫਿਰਦਾ ਵੇਖ ਕਿ ਭਾਵੇਂ ਡਿੱਗ ਹੀ ਪਵੇ ਵੇਖ ਹੈ ਦੇਖ ਕੀ ਮਸਤੀ ਚੜੀ ਇਹਨਾਂ ਨੂੰ ਵੇਖ ਲੈ ਇੱਧਰ ਮੂੰਹ ਕਰ ਹੁਣ ਉਹ ਵੇਖ ਲਾ ਉਹਦੀ ਸ਼ਕਲ ਦੇਖ ਲਓ ਨਹਾਤੇ ਨੀ ਧੋਤੇ ਨੀ ਚੜ ਗਏ ਕੰਨਾਂ ਦੇ ਉੱਤੇ ਪੱਕੇ ਬਾਂਦਰ ਬਣੇ ਬੈਠੇ ਆ ਹੈ ਪਤਾ 400 ਦੀਆਂ ਕਿੰਨੀਆਂ ਚੰਡੋਲਾਂ ਆਉਣੀਆਂ ਸੀ ਕਿ 100 ਦੀਆਂ 4 ਆਉਂਦੀਆਂ 4 ਇੰਟੂ 4 1200 ਦੇ ਗੱਟੂ ਆਏ ਆ ਤੇ ਪਤੰਗਾਂ ਆਈਆਂ ਵਾ ਤੇ ਅੱਜ ਬਣਾਉਣਾ ਕੀ ਆ ਖਾਣ ਨੂੰ ਹੈ ਬਣਾਉਣਾ ਕੀ ਆ ਰਾਤ ਨੂੰ ਖਾਣ ਨੂੰ ਖਾਣ ਨੂੰ ਕੀ ਬਣਾਉਣਾ ਪੀਲੇ ਚੌਲ ਬਸੰਤ ਦੇ ਆ ਦੋਨਾਂ ਨੇ ਡਰੈਸਾਂ ਵੇਖੀ ਬਰਾਬਰ ਦੀਆਂ ਪਾਈਆਂ ਕਾਲੀਆਂ ਕਾਲੀਆਂ ਦੋਨਾਂ ਨੇ ਵੇਖ ਵੀ ਤੂੰ ਉਹਦੇ ਕੋਲ ਜਾ ਕੇ ਡਾਲਾ ਹੈ ਆਸਰਾ ਜਿਹਾ ਹੋ ਜੂਗਾ ਦੋਵਾਂ ਦਾ ਪਤੰਗ ਆਉਂਦੀ ਵੀ ਨੀ ਉੱਡਦੀ ਪਈ ਉਹ ਵਿਖਾਓ ਉਹਨੂੰ ਓ ਲੈ 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 ਕਰਤਾ ਨਾ ਉਹੀ ਕੰਮ ਜਿਹੜੇ ਤੋਂ ਮੈਂ ਡਰਦੀ ਸੀ ਆ ਕਰਤਾ ਇਹੀ ਕੰਮ ਆ ਜਿਹਦੇ ਤੋਂ ਡਰਦੀ ਸੀ ਆ ਮਾਰੀ ਪਾੜ ਕੇ ਪਰੇ ਵਾਹ ਵਾਹ ਲੈ ਮੇਰਾ 25 ਦਾ ਨੁਕਸਾਨ ਕਰਤਾ ਲੈ ਆ ਗਈ ਉੱਡ ਗਈ ਪਤੰਗ ਤਾਂ ਅੱਜ ਬਸੰਤ ਦੇ ਕਰਕੇ ਆਪਾਂ ਜਮਾਂ ਨਹੀਂ ਨਾਤੇ ਤੇ ਉਦੋਂ ਦੇ ਸਵੇਰ ਦੇ ਜਿਹੜੇ ਹੈਗੇ ਗੁੱਡੇ ਉਡਾਈ ਜਾਂਦੇ ਆ ਤੇ ਵਾਲ ਵਗੈਰਾ ਵੇਖੋ ਤੁਸੀਂ ਕਿੱਦਾਂ ਹੋਏ ਪਏ ਆ ਤੇ ਉਹ ਪਤੰਗ ਡਾਉਣ ਡਿਆ ਤੇ ਹੁਣ ਇਹਦੇ ਆਪਾਂ ਪਤੰਗ ਵੱਢਣਾ ਵਾ ਉਸਤਾਦ ਉੱਚੀ ਬੋਲ ਕੇ ਦੱਸ ਕਿੰਨੇ ਵੱਢੇ ਗਏ 2-3 ਵੱਢਤੇ ਆਪਾਂ ਤੇ ਹੈਗਾ ਇਕੱਲਾ ਵਾ ਵੀਡੀਓ ਤਾਂ ਕਰਕੇ ਬਣਦੀ ਨਹੀਂ ਪਈ ਪ੍ਰੋਪਰ ਅਤੇ ਮੰਮੀ ਉੱਧਰ ਗੱਲ ਕਰੀ ਜਾਂਦੇ ਥੱਲੇ ਅਤੇ ਜੇ ਹੁਣ ਪੇਚਾ ਲੱਗਦਾ ਤਾਂ ਮੈਂ ਤੁਹਾਨੂੰ ਵਿਖਾਊਂਗਾ ਬਾਕੀ ਜਮਾਂ ਅਸੀਂ ਟੋਪ ਦੇ ਉੱਪਰ ਖੜਾ ਮੈਂ ਅਤੇ ਮਿਲਦੇ ਹਾਂ ਹੈਪੀ ਬਸੰਤ ਤਾਂ ਸ਼ਾਮ ਹੋ ਗਈ ਜਿਹੜਾ ਇੱਕ ਗੁੱਡਾ ਸਾਡਾ ਬਚਿਆ ਉਹ ਅਸੀਂ ਥੱਲੇ ਲਾਈ ਜਾਂਦੇ ਹਾਂ ਅਤੇ ਇੱਧਰ ਪ੍ਰਧਾਨ ਲਾਈ ਜਾਂਦਾ ਪੇਚਾ ਦੱਸ ਕਿਵੇਂ ਲੱਗਿਆ ਸੀ ਜਿਹੜਾ ਪਤੰਗ ਖਿੱਚ ਕੇ ਲਿਆਂਦੇ ਆ ਹੈਂ ਆਹ ਪਤੰਗ ਸਾਡਾ ਆਪਦਾ ਨਹੀਂ ਗਾ ਅਸੀਂ ਪਤੰਗ ਖਿੱਚ ਕੇ ਲਿਆਂਦਾ ਵਾ ਉਹ ਬੇਲੀ ਸਾਡੀ ਵੱਢਣ ਆਇਆ ਪਤੰਗ ਤੇ ਅਸੀਂ ਤਿੰਨੇ ਗੁੱਡੇ ਲੈ ਕੇ ਆਏ ਆ ਹਨਾ ਦੋ ਆਪਣੇ ਸੀਗੇ ਇੱਕ ਆਉਂਦਾ ਸੀਗਾ ਇਹ ਉਸੇ ਦਾ ਹੀ ਉੱਡਿਆ ਡਾਈ ਜਾਂਦੇ ਅਸੀਂ ਤਾਂ ਮੇਰੇ ਵੀਰੇ ਉਹ ਮੋਟਰਸਾਈਕਲ ਖੜੇ ਆ ਕਿੰਨੇ ਹੀ ਖੜੇ ਆ ਸਾਰੇ ਔਨ ਫੋਰ ਸੇਲ ਲੈ ਜਾਓ ਦਸ ਰੁਪਏ 'ਚ ਕਿਹੜਾ ਲੈਣਾ ਪਲਸਰ ਲੈਣਾ ਸਪਲੈਂਡਰ ਲੈਣਾ ਕਿਹੜਾ ਲੈਣਾ ਲੈ ਜਾਓ ਚੱਲ ਚੰਗਾ ਬਾਏ ਟਾਟਾ ਓਏ ਬਾਏ ਟਾਟਾ ਉਹ ਪਤੰਗ ਪਾੜ ਜਾਣਾ ਵਾ ਉੱਥੋਂ ਉਵੇਂ ਖਿੱਚੀ ਨਾ